ਚਲੋ ਤਾਂ ਧੰਨਵਾਦ ਜੀ ਤੁਹਾਡਾ ਮੋਹਾਲੀ ਦੀ ਸਾਰੀ ਪ੍ਰੈਸ ਦਾ। ਅੱਜ ਖੇਚਲ ਤੁਹਾਨੂੰ ਇਸ ਕਰਕੇ ਦਿੱਤੀ ਆ ਕਿ ਕੱਲ ਪੰਜਾਬ ਬਚਾਓ ਯਾਤਰਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਸੈਗਮੈਂਟ ਵਿੱਚ ਆ ਰਹੀ ਆ ਅਤੇ ਨਾਲ ਖਰੜ ਹਲਕੇ ਦਾ ਜਿਹੜਾ ਹੈ ਉਹਦੇ 'ਚ, ਔਰ ਮੈਂ ਕਹਿ ਸਕਦਾ ਕਿ ਪੰਜਾਬ ਬਚਾਓ ਯਾਤਰਾ ਨੂੰ ਜਿਹੜਾ ਭਰਮਾ ਹੁੰਗਾਰਾ ਪੰਜਾਬ ਵਾਸੀਆਂ ਵੱਲੋਂ ਮਿਲ ਰਿਹਾ ਉਹ ਇਸ ਗੱਲ ਦਾ ਸੰਕੇਤ ਆ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਅਤੇ ਪਰਾਏ ਦੀ ਪਹਿਚਾਣ ਕਰ ਲਈ, ਪੰਜਾਬ ਦੇ ਲੋਕਾਂ ਨੇ ਸੱਚ ਅਤੇ ਝੂਠ ਦੀ ਪਹਿਚਾਣ ਕਰ ਲਈ, ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਨਾਲ ਜੋ ਲੜਾਈ ਵਿੱਢੀ ਆ ਉਹ ਪੰਜਾਬ ਦੇ ਹੱਕਾਂ ਲਈ ਵਿੱਢੀ ਆ, ਪੰਜਾਬ ਦੀ ਇੱਜ਼ਤ ਮਾਣ ਸਤਿਕਾਰ ਅਤੇ ਗੌਰਵ ਲਈ ਵਿੱਢੀ ਆ। ਅੱਜ ਇਹ ਲੜਾਈ ਲੋਕ ਸਭਾ ਚੋਣਾਂ ਦੀ ਪੰਜਾਬ ਦੀ ਇੱਜ਼ਤ ਦਾ ਸਵਾਲ ਬਣ ਗਿਆ, ਪੰਜਾਬ ਦੀ ਗੈਰਤ ਦਾ ਸਵਾਲ ਬਣ ਗਿਆ, ਕਿਉਂਕਿ ਭਾਵੇਂ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਪੰਜਾਬ ਨਾਲ ਬੜੇ ਵਿਤਕਰੇ ਹੋਏ, ਪੰਜਾਬ ਨਾਲ ਅਨਿਆਂ ਹੋਇਆ, ਪਰ ਪਿਛਲੇ 2 ਸਾਲਾਂ ਵਿੱਚ ਪੰਜਾਬ ਬਿਲਕੁਲ ਲਾਭਾਰਥ ਬਣਿਆ ਪਿਆ, ਪੰਜਾਬ ਦਾ ਵਾਲੀ ਵਾਰਸ ਕੋਈ ਨਜ਼ਰ ਨਹੀਂ ਆ ਰਿਹਾ, ਪੰਜਾਬ ਦੇ ਕਾਰੋਬਾਰੀ ਪੰਜਾਬ ਛੱਡ ਕੇ ਭੱਜ ਰਹੇ ਨੇ, ਪੰਜਾਬ ਦੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ, ਗੁਆਂਢੀ ਸੂਬਿਆਂ ਦੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ। ਪੰਜਾਬ ਦੀ ਸਰਕਾਰ ਜਿਹੜੀ ਆ ਝੂਠ ਵਿਅੰਗਬਾਜ਼ੀ ਅਤੇ ਲਾਰੇਬਾਜ਼ੀ 'ਤੇ ਨਿਰਭਰ ਆ, ਔਰ ਪੰਜਾਬ ਦੀ ਸਰਕਾਰ ਦੀ ਅਣਜਾਣਤਾ ਅਤੇ ਈਗੋ ਕਰਕੇ ਪੰਜਾਬ ਨੂੰ ਸੈਂਕੜੇ ਕਰੋੜ ਰੁਪਏ ਦਿੱਲੀ ਤੋਂ ਮਿਲਣ ਵਾਲੀਆਂ ਗ੍ਰਾਂਟਾਂ ਦੇ ਵਾਝੇ ਰਹਿ ਗਿਆ ਪੰਜਾਬ। ਪੰਜਾਬ ਜਿਹੜੀਆਂ ਕੇਂਦਰੀਆਂ ਸਕੀਮਾਂ ਦਾ ਪੈਸਾ ਪੰਜਾਬ ਨੂੰ ਮਿਲਣਾ ਸੀ ਉਹ ਸਕੀਮਾਂ ਦੇ ਨਾਂ ਬਦਲਣ ਕਰਕੇ ਪੰਜਾਬ ਸਰਕਾਰ ਵੱਲੋਂ, ਭਗਵੰਤ ਮਾਨ ਅਤੇ ਕੇਜਰੀਵਾਲ ਦੀਆਂ ਫੋਟੋਆਂ ਲਾਉਣ ਕਰਕੇ, ਜਿਹੜੀਆਂ ਕਾਨੂੰਨੀ ਤੌਰ 'ਤੇ ਕੇਂਦਰ ਪੈਸਾ ਜਾਰੀ ਨਹੀਂ ਸੀ ਕਰ ਸਕਦਾ, ਪੰਜਾਬ ਨੂੰ ਕਰੋੜਾਂ ਰੁਪਏ ਦਾ ਰਗੜਾ ਲੱਗ ਗਿਆ। ਕੁਦਰਤੀ ਆਫਤਾਂ ਦਾ ਪੈਸਾ ਕੰਪਨਸੇਸ਼ਨ ਜਿਹੜਾ ਮਿਲਣਾ ਸੀ ਉਹ ਸਮੇਂ ਸਿਰ ਫਾਰਮੈਲਿਟੀਆਂ ਪੂਰੀਆਂ ਨਾ ਕਰਨ ਕਰਕੇ ਪੰਜਾਬ ਸਰਕਾਰ ਦੀ ਅਣਜਾਣਤਾ ਅਣਗਹਿਲੀ ਕਰਕੇ ਕਰੋੜਾਂ ਰੁਪਏ ਦਾ ਪੰਜਾਬ ਨੂੰ ਉਹ ਮਾਂਝਾ ਲੱਗ ਗਿਆ। ਪੰਜਾਬ ਦੇ ਖਜ਼ਾਨੇ ਨੂੰ ਬੇਦਰਦੀ ਨਾਲ ਲੁੱਟਿਆ ਔਰ ਜਿਸ ਤਰ੍ਹਾਂ ਫਜ਼ੂਲ ਖਰਚੀਆਂ ਕੀਤੀਆਂ, ਅੱਜ 1500 ਤੋਂ ਵੀ ਵੱਧ ਕਰਮਚਾਰੀ ਪੁਲਿਸ ਦਾ, ਕੇਜਰੀਵਾਲ ਉਹਦੇ ਰਿਸ਼ਤੇਦਾਰ ਅਤੇ ਉਹਦੇ ਮੰਤਰੀਆਂ ਦੀ ਰਾਖੀ ਲਈ ਦਿੱਲੀ ਬੈਠਾ, ਪੰਜਾਬ ਦੇ ਵਜ਼ੀਰਾਂ ਦੇ ਰਿਸ਼ਤੇਦਾਰਾਂ ਨੂੰ ਜਿਹੜੇ ਪੰਜਾਬ ਪੁਲਿਸ ਦੇ ਲੋਕ ਨੇ ਉਹ ਵਿਆਹ ਸ਼ਾਦੀਆਂ ਭੋਗਾਂ 'ਤੇ ਲਈ ਫਿਰਦੇ ਨੇ, ਪੰਜਾਬ ਦੇ ਥਾਣੇ ਖਾਲੀ ਨੇ। ਇਸ ਕਰਕੇ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਆ, ਰੌਤੀਆਂ ਡਕੈਤੀਆਂ ਮਾਰਤਾੜ ਕਤਲੋ ਗਾਰ ਦਾ ਦੌਰ ਆ, ਪੰਜਾਬ ਸਹਿਮਿਆ ਹੋਇਆ ਡਰਿਆ ਹੋਇਆ ਭੈ ਪੀਤ ਹੋਇਆ, ਜਿਸ ਕਰਕੇ 85% ਇਨਵੈਸਟਰ ਪੰਜਾਬ ਛੱਡ ਕੇ ਯੂਪੀ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਚਲੇ ਗਏ, ਜਿਹਦੇ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਵੀ ਰਗੜਾ ਲੱਗ ਗਿਆ, ਕਲੈਕਸ਼ਨ ਜਿਹੜੀ ਟੈਕਸ ਦੀ ਘੱਟ ਹੋਏਗੀ, ਰੁਜ਼ਗਾਰ ਵੀ ਬੱਚਿਆਂ ਨੂੰ ਨਹੀਂ ਮਿਲ ਰਿਹਾ, ਬੱਚੇ ਜ਼ਮੀਨਾਂ 'ਤੇ ਦੁਕਾਨਾਂ ਵੇਚ ਕੇ ਕੈਨੇਡਾ ਅਮਰੀਕਾ ਨੂੰ ਜਾ ਰਹੇ ਨੇ, ਪੰਜਾਬ ਖਾਲੀ ਹੋ ਰਿਹਾ, ਪੰਜਾਬ ਜਾਣੀ ਇੱਕ ਕਿਸਮ ਦਾ ਹੌਲਾ ਹੋ ਗਿਆ। ਸੋ ਇਸ ਲਈ ਲਾਭਾਰਥ ਹੋਏ ਪੰਜਾਬ ਨੂੰ, ਕੰਗਾਲ ਹੋਏ ਪੰਜਾਬ ਨੂੰ ਆਰਥਿਕ ਪੱਖੋਂ, ਪੰਜਾਬ ਨੂੰ ਬਚਾਉਣ ਲਈ ਕੇਵਲ ਅਤੇ ਕੇਵਲ ਅੱਜ ਜੇ ਕੋਈ ਦਿੱਲੀ ਦੀਆਂ ਸਾਜ਼ਿਸ਼ਾਂ ਅਤੇ ਦਿੱਲੀ ਦੇ ਦਲਾਲਾਂ ਦੀਆਂ ਸਾਜ਼ਿਸ਼ਾਂ ਨੂੰ ਫੇਲ ਕਰਨ ਲਈ ਕੋਈ ਅੱਗੇ ਆਇਆ ਤਾਂ ਸ਼੍ਰੋਮਣੀ ਅਕਾਲੀ ਦਲ ਆਇਆ। ਸੋ ਮੈਂ ਸਮਝਦਾ ਕਿ ਦਿੱਲੀ ਅਤੇ ਪੰਜਾਬ ਦੇ ਨਾਲ ਜਿਹੜੀ ਦਿੱਲੀ ਪੰਜਾਬ ਦੀ ਲੜਾਈ ਆ, ਪੰਜਾਬ ਦੀ ਜਿੱਤ ਹੋਏਗੀ। ਇਤਿਹਾਸ ਗਵਾਹ ਵੀ ਜਦੋਂ ਵੀ ਕਿਤੇ ਦਿੱਲੀ ਅਤੇ ਪੰਜਾਬ ਦੀ ਟੱਕਰ ਹੋਈ ਆ ਤਾਂ ਪੰਜਾਬ ਦੀ ਜਿੱਤ ਹੋਈ ਆ। ਸੋ ਅੱਜ ਕਾਂਗਰਸ ਨੇ ਆਪਣੇ ਆਪ ਨੂੰ
ਆਪ ਪਾਰਟੀਆਂ ਨਾਲ ਅੰਦਰ ਖਾਤੇ ਆਪ ਪਾਰਟੀ ਨਾਲ ਅੰਦਰ ਖਾਤੇ ਸਾਂਝ ਪਾ ਕੇ ਜੱਫੀਆਂ ਪਾ ਕੇ ਆਪਣੇ ਆਪ ਨੂੰ ਹੌਲਾ ਕਰ ਲਿਆ। ਅੱਜ ਪੰਜਾਬ ਦੀ ਕਾਂਗਰਸ ਸ਼ਰਮਸਾਰ ਆ, ਪੰਜਾਬ ਦੀ ਕਾਂਗਰਸ ਨੂੰ ਲਾਹਣਤਾਂ ਅਤੇ ਫਟਕਾਰਾਂ ਕਾਂਗਰਸ ਪਾਰਟੀ ਦੇ ਵਰਕਰ ਅਤੇ ਲੀਡਰ ਪਾ ਰਹੇ ਨੇ ਕਿ ਚੰਡੀਗੜ੍ਹ ਤਾਂ ਜੱਫੀਆਂ ਪਾ ਰਹੇ ਨੇ ਕਾਂਗਰਸੀ, ਹਰਿਆਣੇ ਵਿੱਚ ਘੱਗਰ ਤੋਂ ਪਾਰ ਜੱਫੀਆਂ ਪਾ ਰਹੇ ਨੇ ਕਾਂਗਰਸੀ, ਪੰਜਾਬ ਦੇ ਵਿੱਚ ਛਿੱਤਰ ਖਾ ਰਹੇ ਨੇ, ਭਗਵੰਤ ਮਾਨ ਤੋਂ ਗਾਲਾਂ ਖਾ ਰਹੇ ਨੇ ਕਾਂਗਰਸੀ। ਇਸ ਕਰਕੇ ਕਾਂਗਰਸ ਦਾ ਵਰਕਰ ਅਤੇ ਕਾਂਗਰਸ ਦਾ ਸਧਾਰਨ ਲੀਡਰ ਜਿਹੜਾ ਉਹ ਸ਼ਰਮਸਾਰ ਆ ਕਿ ਕਾਂਗਰਸ ਕਿਸ ਹੱਦ ਤੱਕ ਕਿਸ ਨੀਚਤਾਈ ਤੱਕ ਕੁਰਸੀ ਲੈਣ ਲਈ ਨੀਵੀਂ ਪੱਧਰ ਤੱਕ ਜਾ ਸਕਦੀ ਆ। ਸੋ ਇਸ ਲਈ ਕੇਵਲ ਅਤੇ ਕੇਵਲ ਜੇ ਅੱਜ ਕੋਈ ਸਿਧਾਂਤ 'ਤੇ ਪਾਰਟੀ ਖੜ੍ਹੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਖੜ੍ਹਿਆ, ਔਰ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨਾਲ ਜਿਹੜੀ ਸਾਡੀ ਸਾਂਝ ਟੁੱਟੀ ਉਹ ਕੇਵਲ ਪੰਜਾਬ ਲਈ ਪੰਥਕ ਹਿੱਤਾਂ ਲਈ ਟੁੱਟੀ। ਅਸੀਂ ਪੰਜਾਬ ਅਤੇ ਪੰਥ ਦੇ ਹਿੱਤ ਕੁਰਸੀ ਲਈ ਨਹੀਂ ਵਾਰੇ, ਅਸੀਂ ਸਿਧਾਂਤ ਨੂੰ ਪਹਿਲ ਦਿੱਤੀ, ਕੁਰਸੀ ਨੂੰ ਨਕਾਰਿਆ। ਸੋ ਮੈਂ ਸਮਝਦਾ ਸਾਡੀ ਇਸ ਸੋਚ ਕਰਕੇ ਇਸ ਕੁਰਬਾਨੀ ਕਰਕੇ ਅੱਜ ਪੰਜਾਬ ਦੇ ਲੋਕ ਸਾਡੇ ਨਾਲ ਖੜ੍ਹੇ ਨੇ, ਔਰ ਜਿਹੜਾ ਪੰਜਾਬ ਬਚਾਓ ਯਾਤਰਾ ਅਸੀਂ ਮੋਹਾਲੀ ਅਤੇ ਖਾੜ ਦੇ ਵਿੱਚ ਕੱਲ੍ਹ ਸਾਡੀ ਆ ਰਹੀ ਆ, ਸਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇੱਥੋਂ ਚੱਲਣੀ ਆ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ 2 ਵਜੇ ਅਤੇ ਸਵੇਰੇ 10 ਵਜੇ ਕੁਰਾਲੀ ਤੋਂ। ਮੈਂ ਸਮਝਦਾ ਲਾਭ ਸਾਲ ਹੋਏਗੀ, ਇਤਿਹਾਸਕ ਹੋਏਗੀ, ਔਰ ਉਸ ਜਿਹੜੀ ਪੰਜਾਬ ਚੋਂ ਯਾਤਰਾ ਨੂੰ ਜਿਹੜਾ ਹੁੰਗਾਰਾ ਮਿਲੇਗਾ ਉਹ ਉਹਨਾਂ ਸਾਰੇ ਲੋਕਾਂ ਦੇ ਦੰਦ ਖੱਟੇ ਕਰੇਗਾ।